ਸਤਿ ਸ਼੍ਰੀ ਅਕਾਲ ਜੀ ਬਾਜ ਸਭ ਪੰਜਾਬ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਲਗਭਗ 200 ਸਾਲ ਪਹਿਲਾਂ ਅੰਗਰੇਜ਼ਾਂ ਨੇ ਮੇਘਾਲਿਆ ਦੇ ਸ਼ਿਲਾਂਗ ਦੇ ਸਭ ਤੋਂ ਖੂਬਸੂਰਤ ਇਲਾਕੇ ਵਿੱਚ ਸਿੱਖਾਂ ਨੂੰ ਵਸਾਇਆ ਸੀ। ਇਸ ਜਗ੍ਹਾ ਦਾ ਨਾਮ ਪੰਜਾਬੀ ਲੇਨ ਕਲੋਨੀ ਰੱਖਿਆ ਗਿਆ। ਉੱਥੋਂ ਦੇ ਸਥਾਨਕ ਲੋਕਾਂ ਦੀ ਇਹਨਾਂ ਸਿੱਖ ਪਰਿਵਾਰਾਂ ਨਾਲ ਨਾਰਾਜ਼ਗੀ ਕਾਫ਼ੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ। ਉੱਥੋਂ ਦਾ ਇੱਕ ਖਾਸੀ ਨਾਮਕ ਸੰਗਠਨ ਸਿੱਖਾਂ ਨੂੰ ਉੱਥੋਂ ਹਟਾਉਣ ਲਈ ਕਾਫ਼ੀ ਚਿਰ ਤੋਂ ਕੋਸ਼ਿਸ਼ਾਂ ਕਰ ਰਿਹਾ ਹੈ। ਸਿੱਖਾਂ ਨੂੰ ਹਟਾਉਣ ਲਈ ਪਹਿਲੀ ਵਾਰ 1987 ਵਿੱਚ ਨੋਟਿਸ ਜਾਰੀ ਕੀਤਾ ਗਿਆ ਸੀ। ਫਿਰ ਉਸ ਤੋਂ ਬਾਅਦ 1992 ਵਿੱਚ ਪਹਿਲੀ ਵਾਰ ਸਿੱਖ 'ਤੇ ਹਮਲਾ ਹੋਇਆ। ਫਿਰ 1994 ਵਿੱਚ ਉੱਥੇ ਰਹਿੰਦੇ ਸਿੱਖ ਪਰਿਵਾਰਾਂ ਤੋਂ ਜ਼ਮੀਨ ਦੀ ਮਲਕੀਅਤ ਦਾ ਸਬੂਤ ਮੰਗਿਆ ਗਿਆ। 1994 ਵਿੱਚ ਫਿਰ ਦੁਬਾਰਾ ਸਿੱਖਾਂ ਉੱਤੇ ਇੱਕ ਹਮਲਾ ਹੋਇਆ। 1994 ਵਿੱਚ ਫਿਰ ਦੁਬਾਰਾ ਸਿੱਖ ਉੱਤੇ ਹਮਲਾ ਹੋਇਆ। ਫਿਰ 2018 ਵਿੱਚ ਹੋਏ ਦੰਗਿਆਂ ਕਾਰਨ ਹਾਲਾਤ ਵਿਗੜ ਗਏ, ਜਿਹੜੇ ਕਿ ਹੁਣ ਤੱਕ ਠੀਕ ਨਹੀਂ ਹੋਏ। ਮੇਘਾਲਿਆ ਦੇ ਉਪ ਮੁੱਖ ਮੰਤਰੀ ਪ੍ਰੈਸੀਡੈਂਟ ਟਾਈਨਮਾਂਗ ਨੇ ਉੱਚ ਪੱਧਰੀ ਕਮੇਟੀ ਦੀ ਸਿਫਾਰਸ਼ 'ਤੇ ਪੰਜਾਬੀ ਲੇਨ ਕਲੋਨੀ ਦੇ ਲੋਕਾਂ ਨੂੰ ਕਿਸੇ ਹੋਰ ਥਾਂ ਵਸਾਉਣ ਦੀ ਪ੍ਰਵਾਨਗੀ ਦੇ ਦਿੱਤੀ। ਇਸ ਮੁੱਦੇ 'ਤੇ DSGMC ਦੇ ਵਫਦ ਨੇ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨਾਲ ਮੁਲਾਕਾਤ ਕੀਤੀ। ਸਿਰਸਾ ਨੇ ਕਿਹਾ ਕਿ ਉਹਨਾਂ ਸਾਨੂੰ ਭਰੋਸਾ ਦਿਵਾਇਆ ਹੈ ਕਿ ਸ਼ਿਲਾਂਗ ਵਿੱਚ ਰਹਿੰਦੇ ਸਿੱਖਾਂ ਨਾਲ ਕੋਈ ਅਨਿਆਏ ਨਹੀਂ ਹੋਵੇਗਾ। ਸਿਰਸਾ ਨੇ ਕਿਹਾ ਕਿ ਆਉਣ ਵਾਲੀ 28 ਤਰੀਕ ਨੂੰ ਉਹ ਉੱਥੋਂ ਦੇ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਸਿਰਸਾ ਨੇ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਸਿੱਖ ਪਰਿਵਾਰਾਂ ਨੂੰ ਬੇਦਖਲ ਨਹੀਂ ਹੋਣ ਦੇਵਾਂਗੇ। ਹੋਰ ਕੀ ਕਿਹਾ ਮਨਜਿੰਦਰ ਸਿੰਘ ਸਿਰਸਾ ਨੇ, ਆਓ ਦੇਖਦੇ ਹਾਂ। ਬਹੁਤ ਹੀ ਸਤਿਕਾਰਯੋਗ ਇਸ ਪੰਚਾਇਤ ਦੇ ਪ੍ਰਧਾਨ ਦੇ ਰੂਪ ਸੇਵਾ ਨਿਭਾਏ ਸਰਦਾਰ ਗੁਰਜੀਤ ਸਿੰਘ ਜੀ, ਮੇਰੇ ਨਾਲ ਆਏ ਹੋਏ ਸਰਦਾਰ ਜਗਦੀਪ ਸਿੰਘ ਜੀ ਕਾਲੂ ਜੀ, ਸਰਦਾਰ ਜਸਪ੍ਰੀਤ ਸਿੰਘ ਜੀ ਕਰਮਸਰ ਜੀ, ਸਰਦਾਰ ਗੁਰਮੀਤ ਸਿੰਘ ਜੀ ਪਾਟੀਆ ਜੀ, ਔਰ ਸਾਡੇ ਸੀਨੀਅਰ ਸੁਪਰੀਮ ਕੋਰਟ ਦੇ ਰੁਕੇ ਖੱਤਰੀ ਸਾਹਿਬ, ਔਰ ਸਾਹਮਣੇ ਬੈਠੇ ਗੁਰੂ ਗੋਬਿੰਦ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਮੈਂ ਸੰਖੇਪ ਤੁਹਾਨੂੰ ਕਹਿਣਾ ਚਾਹੁੰਦਾ, ਕੱਲ੍ਹ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ, ਕਿਸੇ ਸੂਰਤ ਅੰਦਰ ਆਪਣੇ ਪਰਿਵਾਰਾਂ ਨੂੰ, ਆਪਣੇ ਭਰਾਵਾਂ ਨੂੰ, ਭੈਣਾਂ ਨੂੰ, ਵੀਰਾਂ ਨੂੰ ਇੱਥੋਂ ਬੇਦਖਲ ਨਹੀਂ ਹੋਣ ਦੇਵਾਂਗੇ। ਉਸੇ ਦੇ ਚੱਲਦੇ ਅਸੀਂ ਆਪਣੀ ਸਾਰੀ ਰਿਪ੍ਰੈਜੈਂਟੇਸ਼ਨ ਬਣਾ ਕੇ, ਔਰ ਅੱਜ ਇੱਥੋਂ ਦੇ ਗਵਰਨਰ ਮੇਘਾਲਿਆ ਦੇ ਸੱਤਿਆਪਾਲ ਮਲਿਕ ਜੀ ਨੂੰ ਮਿਲੇ। ਸਾਡੇ ਮਿਲਣ ਤੋਂ ਪਹਿਲਾਂ ਜਦੋਂ ਕਿ ਉਹਨਾਂ ਨੂੰ ਕੱਲ੍ਹ ਮੈਂ ਸਾਰੀ ਕੇਸ ਦੀ ਜਾਣਕਾਰੀ ਦਿੱਤੀ ਸੀ, ਉਹਨਾਂ ਨੇ ਵੀ ਮੁੱਖ ਮੰਤਰੀ ਜੀ ਨਾਲ ਗੱਲਬਾਤ ਕੀਤੀ। ਸੋ ਪਹਿਲੀ 3 ਗੱਲਾਂ ਜਿਹੜੀਆਂ ਅੱਜ ਡਿਸਕਸ਼ਨ 'ਚ ਹੋਈਆਂ, ਪਹਿਲੀ ਗੱਲ ਇਹ ਕਿ ਕਿਸੇ ਵੀ ਸੂਰਤ ਦੇ ਅੰਦਰ ਸਾਡੇ ਪਰਿਵਾਰਾਂ ਨੂੰ ਇੱਥੋਂ ਬੇਦਖਲ ਨਹੀਂ ਕੀਤਾ ਜਾਊਗਾ, ਇਹਦਾ ਆਸ਼ਵਾਸਨ ਸੱਤਿਆਪਾਲ ਮਲਿਕ ਜੀ ਗਵਰਨਰ ਸਾਹਿਬ ਨੇ ਵੀ ਸਾਨੂੰ ਸਾਰਿਆਂ ਨੂੰ ਦਿੱਤਾ ਹੈ ਗੁਰਜੀਤ ਜੀ ਦੀ ਹਾਜ਼ਰੀ ਦੇ ਅੰਦਰ। ਦੂਜੀ ਗੱਲ, ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਨਾਲ ਆਲਰੇਡੀ ਗੱਲ ਕਰ ਲਈ ਆ, ਮੁੱਖ ਮੰਤਰੀ ਜੀ ਇਸ ਵੇਲੇ ਬਾਹਰ ਨੇ ਇਲੈਕਸ਼ਨ 'ਤੇ, 28 ਤਰੀਕ ਤੋਂ ਬਾਅਦ ਉਹ ਵਾਪਸ ਪਹੁੰਚਣਗੇ, ਔਰ ਉਸ ਤੋਂ ਬਾਅਦ ਸਾਨੂੰ ਬੁਲਾ ਕੇ ਇੱਥੇ ਉਹ ਮੁੱਖ ਮੰਤਰੀ ਗੱਲਬਾਤ ਕਰਨਗੇ, ਔਰ ਤੁਹਾਡੇ ਨਾਲ ਬੈਠ ਕੇ ਸਾਰਾ ਫੈਸਲਾ ਕਰਨਗੇ। ਤੀਜੀ ਗੱਲ, ਜੋ ਸਾਡਾ ਕੋਰਟ ਦਾ ਫੈਸਲਾ ਹੈ, ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ, ਅੱਜ ਫਿਰ ਤੁਹਾਨੂੰ ਯਾਦ ਕਰਾ ਦੇ ਹਾਂ, ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ 2021 'ਚ ਕੇਸ ਪਾਇਆ ਸੀ, ਉਹਦੇ 'ਚ ਜੱਜ ਸਾਹਿਬ ਨੇ ਬੜਾ ਕਲੀਅਰ ਫੈਸਲਾ ਦਿੱਤਾ। ਉਹਦੇ 'ਚ ਉਹਨਾਂ ਨੇ ਲਿਖਿਆ ਹੈ ਕਿ ਤੁਸੀਂ ਇਹਨਾਂ ਦੇ ਹੱਕ ਹਕੂਕਾਂ ਨੂੰ ਨਹੀਂ ਛੇੜ ਸਕਦੇ, ਤੁਸੀਂ ਇਹਨਾਂ ਨੂੰ ਫੋਰਸਫੁਲੀ ਇਵਿਕਟ ਨਹੀਂ, ਇਹਨਾਂ ਨੂੰ ਫੋਰਸਫੁਲੀ ਖਾਲੀ ਨਹੀਂ ਕਰਾ ਸਕਦੇ, ਭਾਵੇਂ ਇਹ ਜ਼ਬਰਦਸਤੀ ਕਬਜ਼ੇ 'ਚ ਬੈਠੇ ਹੋਣ, ਫਿਰ ਵੀ ਤੁਸੀਂ ਨਹੀਂ ਖਾਲੀ ਕਰਾਓਗੇ। ਤੀਜੀ ਗੱਲ, ਇਹਨੂੰ ਖਾਲੀ ਕਰਾਉਣ ਵਾਸਤੇ ਤੁਸੀਂ ਸਿਵਲ ਸੂਟ ਕੋਰਟ ਦੇ ਅੰਦਰ 30-day ਕੋਰਟ ਹੁੰਦੀ ਅਦਾਲਤ ਜਿਸ 'ਚ ਦੀਵਾਨੀ ਦਾ ਮੁਕੱਦਮਾ ਚੱਲਦਾ ਹੈ, ਉਸ ਕੋਰਟ 'ਚ ਜਾ ਕੇ ਆਪਣਾ ਕੇਸ ਪਾਓਗੇ ਤੇ ਕੋਰਟ ਤੋਂ ਫੈਸਲਾ ਕਰਾਓਗੇ, ਜਿਹੜਾ ਕਿ ਘੱਟੋ ਘੱਟ 50 ਸਾਲ ਦਾ ਪ੍ਰੋਸੈਸ ਹੈ। ਅਸੀਂ ਅੱਜ ਗਵਰਨਰ ਸਾਹਿਬ ਨੂੰ ਇਹ ਗੱਲ ਕਹੀ ਆ, ਗਵਰਨਰ ਸਾਹਿਬ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ 100% ਕੋਰਟ ਦਾ ਆਰਡਰ ਲਾਗੂ ਕੀਤਾ ਜਾਊਗਾ ਕਿਸੇ ਸੂਰਤ ਅੰਦਰ। ਉਹਨੇ ਕਿਹਾ ਜਦੋਂ ਤੱਕ ਮੈਂ ਬੈਠਾ ਹੀ ਕਿਸੇ ਸੂਰਤ ਅੰਦਰ ਸਰਕਾਰ ਨੂੰ ਅਨਕੋਨਸਟੀਟਿਊਸ਼ਨਲ ਅਨਲਾਫੁਲ ਐਕਟੀਵਿਟੀ ਨਹੀਂ ਕਰਨ ਦਊਗਾ। ਸੋ ਅਸੀਂ ਤੁਹਾਨੂੰ ਵਾਅਦਾ ਕੀਤਾ ਸੀਗਾ, ਅਸੀਂ ਆਪਣੇ ਬਿਲਕੁਲ ਉਹਦੇ 'ਤੇ ਡਟ ਕੇ ਕਾਇਮ ਹਾਂ। ਤੁਹਾਡੀ ਇਸ ਜਗ੍ਹਾ ਦੀ ਚਿੰਤਾ ਤੇ ਬਣੀ ਰਹਿੰਦੀ ਆ, ਕਿਉਂਕਿ ਜਦੋਂ ਅਖਬਾਰ 'ਚ ਖਬਰ ਪੜੋ ਤੇ ਇਤਨਾ ਕਿਤੇ ਬੰਦੇ ਨੂੰ ਚਿੰਤਾ, ਪਰ ਉਹ ਜੋ ਮਰਜ਼ੀ ਬੋਲੀ ਜਾਣ, ਇਸ ਗੱਲ ਦਾ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ, ਇਸ ਵਾਅਦੇ ਤੇ ਅਸੀਂ ਬਿਲਕੁਲ ਕਾਇਮ ਖੜੇ ਹਾਂ। ਕਿਸੇ ਸੂਰਤ ਅੰਦਰ ਇਸ ਜਗ੍ਹਾ ਨੂੰ ਸਰਕਾਰ ਨੂੰ ਨਹੀਂ ਲੈਣ ਦੇਵਾਂਗੇ। ਅੱਜ ਗਵਰਨਰ ਸਾਹਿਬ ਨੇ ਸਰਦਾਰ ਗੁਰਜੀਤ ਸਿੰਘ ਜੀ ਹਾਜ਼ਰੀ 'ਚ ਇਸ ਗੱਲ ਨੂੰ ਮੰਨਿਆ, ਠੀਕ ਹੈ ਗੁਰਜੀਤ ਜੀ, ਠੀਕ ਹੈ। ਦੂਜੀ ਗੱਲ, ਹੁਣ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਹੁਣ ਇਹ ਮਸਲਾ ਖਾਲੀ ਰੋਜ਼ ਦਾ ਨਾ ਰਹਿ ਜਾਵੇ, ਰੋਜ਼ ਨਾ ਕੋਈ ਬਣਾ ਪਾ ਰਹੇ ਹਾਂ, ਨਾ ਕੁਛ ਕਰ ਪਾ ਰਹੇ ਹਾਂ। ਅਸੀਂ ਇਹ ਅੱਛਾ ਕੰਮ ਕੀਤਾ, ਸਰਕਾਰ ਨੇ ਆਪ ਹੀ ਪੰਗਾ ਲੈ ਲਿਆ ਹੈ। ਸਰਕਾਰ ਨੇ ਜਿਹੜਾ ਕਹਿੰਦੇ ਆ 3x3 ਪਾਰਟੀ, 3 ਲੋਕਾਂ ਦਾ ਇੱਕ ਇਕਰਾਰਨਾਮਾ ਕੀਤਾ 3 ਲੋਕਾਂ ਦਾ, ਜਿਹ 'ਚ ਆਈਫੋਨ ਦੀ ਕਾਰਪੋਰੇਸ਼ਨ,
ਇੱਥੋਂ ਦੀ ਸਰਕਾਰ ਔਰ ਸੀਐਮ ਮਿਲੀਨੀਅਮ ਜਿਹੜੇ ਨੇ ਇੱਥੋਂ ਦੇ ਉਹ ਆ। ਅਸੀਂ ਉਸਨੂੰ ਲੈ ਕੇ ਔਰ ਜਿਹੜਾ ਇਹਨਾਂ ਨੇ ਸਾਡੇ ਖਿਲਾਫ ਕੈਬਨਿਟ 'ਚ ਮਤਾ ਪਾਸ ਕੀਤਾ ਹੈ ਉਸਨੂੰ ਲੈ ਕੇ ਸਾਡੇ ਵਕੀਲ ਸਾਹਿਬ ਹਾਈ ਕੋਰਟ 'ਚ ਇੱਥੇ ਰਿਟ ਫਾਈਲ ਕਰਨਗੇ ਤਾਂ ਕਿ ਉਹ ਵੀ ਸਾਨੂੰ ਕਾਗਜ਼ ਮਿਲਣ ਔਰ ਇਹ ਸਰਕਾਰ ਦੇ ਮਾਧਿਅਮ ਤੋਂ ਕੋਰਟ ਦੇ ਮਾਧਿਅਮ ਤੋਂ ਅਸੀਂ ਇਹ ਪਰਮਾਨੈਂਟਲੀ ਸਟੈਬਲਿਸ਼ ਕਰਾਈਏ ਕਿ ਇਸ ਜਗ੍ਹਾ ਤੇ ਜਿੱਥੇ ਸਾਡਾ ਰਾਈਟ ਆ ਅੱਜ ਤੋਂ ਬਾਅਦ ਤੁਹਾਨੂੰ ਅਸੀਂ ਬਣਾਈਏ ਮਕਾਨ ਬਣਾਈਏ ਘਰ ਬਣਾਈਏ ਤੁਸੀਂ ਉਹ 'ਚ ਵੀ ਰੋਕੋਗੇ ਅਸੀਂ ਉਹ ਵੀ ਲੈ ਕੇ ਕੋਰਟ 'ਚ ਫੈਸਲਾ ਤੁਹਾਨੂੰ ਲਿਆ ਕੇ ਤਾਂ ਕਿ ਇਸਨੂੰ ਵੰਸ ਫੋਰ ਆਲ ਖਤਮ ਕੀਤਾ ਜਾਵੇ। ਪਰ ਮੈਂ ਤੁਹਾਡਾ ਧੰਨਵਾਦ ਸਭ ਦਾ ਕਰਦਾ ਸਵਾਗਤ ਗੁਰਜੀਤ ਸਿੰਘ ਜੀ ਦਾ ਖਾਸ ਤੌਰ 'ਤੇ ਕਰਦਾ ਔਰ ਤੁਹਾਨੂੰ ਫਿਰ ਤੋਂ ਵਿਸ਼ਵਾਸ ਦਿਵਾਉਂਦੇ ਹਾਂ ਬਿਲਕੁਲ ਤੁਸੀਂ ਨਿਸ਼ਚਿੰਤ ਹੋ ਕੇ ਰਹੋ ਅੱਜ ਗਵਰਨਰ ਸਾਹਿਬ ਨੇ ਇਸ ਗੱਲ ਨੂੰ ਐਡਮਿਟ ਕੀਤਾ ਹੈ ਕਿ ਇਹ ਤੁਹਾਡੀ ਕੌਮ ਦੀ ਤਾਕਤ ਹੈ ਕਿ ਭੀੜ ਭਾਵੇਂ ਸ਼ਿਲੋਂਗ ਪਵੇ ਕਨੇਡਾ ਵਾਲੇ ਲੋਕ ਆ ਜਾਂਦੇ ਨੇ ਇਹ ਸਾਡੀ ਤਾਕਤ ਹੈ ਇਸ ਤਾਕਤ ਨੂੰ ਅਸੀਂ ਬਣਾ ਕੇ ਰੱਖਣਾ ਇਸ ਤਾਕਤ ਨੂੰ ਅਸੀਂ ਕਦੀ ਕਮਜ਼ੋਰ ਨਹੀਂ ਪੈਣ ਦੇਣਾ। ਔਰ ਕਿਸੇ ਵੀ ਸੂਰਤ ਦੇ ਅੰਦਰ ਇਹ ਲੋਕਾਂ ਨੇ ਜੋ ਆਪਣਾ ਮਨ ਬਣਾ ਰੱਖਿਆ ਸੀਗਾ ਦੇਖੋ ਸਰਕਾਰ ਬੜੀ ਵੱਡੀ ਚੀਜ਼ ਹੁੰਦੀ ਆ ਸਰਕਾਰਾਂ ਬਹੁਤ ਕੁਛ ਕਰਦੀਆਂ ਨੇ ਪਰ ਸਰਕਾਰ ਸਭ ਤੋਂ ਵੱਡੀ ਨਹੀਂ ਹੁੰਦੀ ਅਕਾਲ ਪੁਰਖ ਸੱਚੇ ਪਿਤਾ ਪਰਮੇਸ਼ਵਰ ਔਰ ਉਸਦੇ ਉੱਤੇ ਇਹ ਬੱਚੇ ਜਿਹਨਾਂ ਦੀ ਉਹ ਆਪ ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹਨਾਂ ਨੂੰ ਤਾਕਤ ਬਖਸ਼ੀਆਂ ਦੇਸ਼ ਦੇ ਲੋਕ ਨੇ ਦੁਨੀਆਂ ਦੇ ਲੋਕ ਤੁਹਾਡੇ ਨਾਲ ਖੜੇ ਨੇ ਇਸ ਕਰਕੇ ਤੇ ਤੁਸੀਂ ਨਿਸ਼ਚਿੰਤ ਹੋ ਜਾਓ ਜੀ ਕਿ ਸਰਕਾਰ ਸੁਪਨੇ 'ਚ ਵੀ ਕਦੀ ਸੋਚ ਸਕੇ ਸੁਪਨੇ 'ਚ ਵੀ ਕਦੀ ਨਹੀਂ ਸੋਚ ਸਕਦੀ ਕੌਣ ਤੋਂ ਖਾਲੀ ਕਰਾਉਣ ਦਾ ਪਰ ਇਹਦੇ ਨਾਲ ਇਸ ਮਸਲੇ ਨੂੰ ਪਰਮਾਨੈਂਟਲੀ ਖਤਮ ਕੀਤਾ ਜਾਵੇ ਉਹਦੇ ਵਾਸਤੇ ਵੀ ਅਸੀਂ ਤੁਰੰਤ ਇਸੇ ਹਫ਼ਤੇ 'ਚ ਅਸੀਂ ਸਾਰਾ ਕੇਸ ਤਿਆਰ ਕਰਕੇ ਕਿਉਂਕਿ ਹੁਣ ਛੁੱਟੀਆਂ ਆ ਜਾਣੀਆਂ 23 ਤਰੀਕ ਤੋਂ ਕੋਰਟ ਬਾਰੀ ਤੋਂ ਖੁੱਲਣੀਆਂ ਸੋ 22-23 ਤਰੀਕ ਤੋਂ ਜਿੱਦਣ ਵੀ ਖੁੱਲਦੀਆਂ ਨੇ ਅਸੀਂ ਆਪਣਾ ਸੂਟ ਤਿਆਰ ਕਰਕੇ ਰਿਟ ਫਾਈਲ ਕਰਾਂਗੇ ਕੋਰਟ ਦੇ ਅੰਦਰ ਔਰ ਕੋਰਟ ਤੋਂ ਇਹ ਪਰਮਾਨੈਂਟ ਤੁਹਾਨੂੰ ਰਿਲੀਫ ਵੀ ਲੈ ਕੇ ਦੇਵਾਂਗੇ। ਬਹੁਤ ਬਹੁਤ ਧੰਨਵਾਦ। ਮੇਘਾਲਿਆ ਵਿੱਚ ਘੱਟ ਗਿਣਤੀਆਂ ਨਾਲ ਇਸ ਤਰ੍ਹਾਂ ਹੋਣਾ ਵਾਕਈ ਚਿੰਤਾ ਦਾ ਵਿਸ਼ਾ ਹੈ। ਇਸ ਮਾਮਲੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ। ਦੇਸ਼ ਪ੍ਰਦੇਸ਼ ਦੀਆਂ ਖਬਰਾਂ ਜਾਣਨ ਲਈ ਵੇਖਦੇ ਰਹੋ ਵਾਇਸ ਆਫ ਪੰਜਾਬ ਟੀਵੀ।